ਪੇਸ਼ ਹੈ ਸਰਿੰਦਰਾ ਬ੍ਰੌਡਕਾਸਟਿੰਗ ਸਰਵਿਸਿਜ਼ ਦੇ ਰਾਜਮਹਿਲ ਟੀਵੀ ਦੀ ਪੇਸ਼ਕਸ਼ ਪ੍ਰੋਗਰਾਮ ਸਾਡਾ ਵਿਰਸਾ। ਜਦੋਂ ਨਵੀਂ ਵਿਆਹੀ ਜਦੋਂ ਸੱਜ ਵਿਆਹੀ ਜੋੜੀ ਨੇ ਗਿੱਧੇ ਵਿੱਚ ਦੇਤਾ ਗੇੜਾ। ਜਦੋਂ ਨਵੀਂ ਵਿਆਹੀ ਜੋੜੀ ਨੇ ਗਿੱਧੇ ਵਿੱਚ ਦੇਤਾ ਗੇੜਾ। ਫੁੱਲਾਂ ਦੀ ਸ਼ੌਂਕਣ ਫੁੱਲਾਂ ਦੀ ਸੇਜ ਵਛਾਉਂਦੀ ਓਏ, ਪੱਲਾ ਡੋਲੀਏ ਦਾ ਮਾਰ ਕੇ ਜਗਾਉਂਦੀ ਓਏ। ਬੈਠੇ ਨੇ ਬਣ ਕੇ ਟਾਣੀ, ਕੋਈ ਪੀਂਦਾ ਖਾਰੇ ਦੇ ਨਾਲ ਕੋਈ ਪਾਉਂਦਾ ਪਾਣੀ। ਪਾਉਣਾ ਭੰਗੜਾ ਮਾਰ ਲਲਕਰੇ ਅੱਜ ਰੋਕੂਗਾ ਕਿਹੜਾ। ਜਦੋਂ ਨਵੀਂ ਵਿਆਹੀ ਜੋੜੀ ਨੇ ਗਿੱਧੇ ਵਿੱਚ ਦੇਤਾ ਗੇੜਾ। ਸੁਣੀ ਛੱਡੀਏ ਨਾ ਨਾਰ ਮੁਟਿਆਰ ਨੂੰ ਬਈ, ਦੇਖੀ ਛੱਡੀਏ ਨਾ ਨਾਰ ਮੁਟਿਆਰ ਨੂੰ ਬਈ। ਚੰਡ ਵਾਲੀਆ ਢਿੱਲੋਂ ਕਹਿੰਦਾ ਬੋਲੀਆਂ ਦਾ ਨੀ ਘਾਟਾ, ਗਿੱਧੇ ਦੇ ਵਿੱਚ ਵਰੋ ਮੇਲਣੋ ਮੀਂਹ ਦਾ ਜਿਵੇਂ ਸ਼ਰਾਟਾ। ਚੰਡ ਵਾਲੀਆ ਢਿੱਲੋਂ ਕਹਿੰਦਾ ਬੋਲੀਆਂ ਦਾ ਨੀ ਘਾਟਾ, ਪਾਚਕ ਮੀ ਜੀ ਬੋਲੀ ਹੋਣੇ ਫਿਰ ਰੇੜ ਲਿਆ ਰੇੜਾ। ਜਦੋਂ ਨਵੀਂ ਵਿਆਹੀ ਜੋੜੀ ਨੇ ਗਿੱਧੇ ਵਿੱਚ ਦੇਤਾ ਗੇੜਾ। ਜਦੋਂ ਸੱਜ ਵਿਆਹੀ ਜੋੜੀ ਨੇ ਗਿੱਧੇ ਵਿੱਚ ਦੇਤਾ ਗੇੜਾ। ਜਦੋਂ ਨਵੀਂ ਵਿਆਹੀ ਜੋੜੀ ਨੇ ਗਿੱਧੇ ਵਿੱਚ ਦੇਤਾ ਗੇੜਾ। ਤੁਸੀਂ ਵੇਖ ਰਹੇ ਹੋ ਸਿਲਿੰਦਰਾ ਬ੍ਰੌਡਕਾਸਟਿੰਗ ਸਰਵਿਸਿਜ਼ ਦੇ ਰਾਜਮਹਿਲ ਟੀਵੀ ਦੀ ਪੇਸ਼ਕਸ਼ ਪ੍ਰੋਗਰਾਮ ਸਾਡਾ ਵਿਰਸਾ। ਕੀ
ਝੋਨੇ ਨੇ ਪਤਾ ਲਪੇਟ ਹੈ ਪੈ ਗਈ ਨੀ ਫੇਰ ਗੋਬ ਦੀ ਸੁੰਡੀ ਜੱਟ ਦੀਆਂ ਜੜਾਂ ਚ ਬਹਿ ਗਈ ਨੀ ਫੇਰ ਗੋਬ ਦੀ ਸੁੰਡੀ ਜੱਟ ਦੀਆਂ ਜੜਾਂ ਚ ਬਹਿ ਗਈ ਨੀ ਮਸਾਂ ਪਕਾਇਆ ਤੇਲਾ ਹੈ ਹੁਣ ਪੈਂਦਾ ਜਾਵੇ ਨੀ ਬੁਰਾ ਹਾਲ ਹੈ ਜੱਟ ਦਾ ਕਿਹਨੂੰ ਹਾਲ ਸੁਣਾਵੇ ਨੀ ਕੋਈ ਨਾ ਜੱਟ ਦੀ ਸੁਣਦਾ ਕਿਹਨੂੰ ਹਾਲ ਸੁਣਾਵੇ ਕਰਕੇ ਟਿਲਟ ਤੇ ਕਨਫੀ ਡੋਰ ਕਰਾਈ ਨੀ ਕਿਹੜੇ ਕਿਹੜੇ ਰੋਗਾਂ ਤੋਂ ਜ਼ਿਮੀਦਾਰ ਬਚਾਵੇ ਨੀ ਜੱਟ ਦੁੱਖਾਂ ਜੋਗਾ ਰਹਿ ਗਿਆ ਕਿਹਨੂੰ ਹਾਲ ਸੁਣਾਵੇ ਨੀ ਕੀ ਗੱਲ ਹੋ ਗਈ ਕਿਉਂ ਮੂੰਹ ਜਾ ਲਮਕਾ ਕੇ ਆਇਆ ਵੇ ਬੁਰਾ ਹਾਲ ਹੈ ਜੱਟ ਦਾ ਕਿਹਨੂੰ ਹਾਲ ਸੁਣਾਵੇ ਨੀ ਤੁਸੀਂ ਵੇਖ ਰਹੇ ਹੋ ਸਿਲਿੰਦਰਾ ਬ੍ਰੌਡਕਾਸਟਿੰਗ ਸਰਵਿਸਿਜ਼ ਦੇ ਰਾਜਮਹਿਲ ਟੀਵੀ ਦੀ ਪੇਸ਼ਕਸ਼ ਪ੍ਰੋਗਰਾਮ ਸਾਡਾ ਵਿਰਸਾ ਸਿਲਿੰਦਰਾ ਬ੍ਰੌਡਕਾਸਟਿੰਗ ਸਰਵਿਸਿਜ਼ ਦੇ ਰਾਜਮਹਿਲ ਟੀਵੀ ਦੀ ਪੇਸ਼ਕਸ਼ ਨਿਰਦੇਸ਼ਨ ਬਲਜੀਤ ਸਿੰਘ ਵੀਡੀਓ ਸੰਪਾਦਨ ਪੰਕਜ ਮੱਟੂ